ਸਾਡੇ ਨਾਲ ਨਵਜੋਤ ਸਿੰਘ ਸਿੱਧੂ ਹੋਣਾ ਦੇ ਮੀਡੀਆ ਐਡਵਾਈਜ਼ਰ ਮੌਜੂਦ ਨੇ। ਡੱਲਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਵਕੀਲ ਸਾਹਿਬ ਹੋਣਾ ਨੇ ਵੀ ਕਿਹਾ ਕਿ ਸਕਿਉਰਿਟੀ ਘਟਾਈ ਗਈ ਹੈ, ਉਸ ਨੂੰ ਲੈ ਕੇ ਜਿਹੜੀ ਰੈਮੇਡੀ ਨੇ ਅੰਡਰ ਕਾਨੂੰਨ ਜਿਹੜੀਆਂ ਵਰਤੀਆਂ ਜਾਣਗੀਆਂ, ਦੇਖੋ ਮੈਨੂੰ ਇਹ ਲੱਗਦਾ ਕਿ ਸਕਿਉਰਿਟੀ ਅਗਰ ਘਟਾਈ ਗਈ ਹੈ ਤਾਂ ਇਹਨੂੰ ਰਿਵਿਊ ਕੀਤਾ ਜਾਣਾ ਚਾਹੀਦਾ। ਪੰਜਾਬ ਦੇ ਵਿੱਚ ਪਹਿਲਾਂ ਹੀ ਸਾਨੂੰ ਪਤਾ ਹੈ ਕਿ ਲਾਅ ਐਂਡ ਆਰਡਰ ਦੀ ਕਈ ਵਾਰੀ ਸਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸੋ ਇਹ ਦਰਖਾਸਤ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ। ਨਵਜੋਤ ਸਿੰਘ ਸਿੱਧੂ ਮਾਫੀਆ ਦੇ ਖਿਲਾਫ ਲੜਦੇ ਰਹੇ ਨੇ ਔਰ ਪੰਜਾਬ ਦੇ ਹੱਕਾਂ ਲਈ ਲੜਦੇ ਰਹੇ ਨੇ। ਸੋ ਮੈਨੂੰ ਲੱਗਦਾ ਜਿਹੜੀ ਸਕਿਉਰਿਟੀ ਘਟਾਈ ਗਈ ਹੈ ਉਹਨੂੰ ਪੁਨਰ ਵਿਚਾਰ ਕਰਨਾ ਚਾਹੀਦਾ। ਸਕਿਉਰਿਟੀ ਵਾਲਾ ਮਾਮਲਾ ਜਿਹੜਾ ਇਹ ਬਹੁਤ ਗੰਭੀਰਤਾ ਵਾਲਾ ਮਾਮਲਾ ਹੈ। ਔਰ ਕਈ ਬਿਆਨ ਨੇ ਕਿ ਸਵੇਰੇ 8 ਵਜੇ ਰਿਲੀਜ਼ ਕਰ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਹੋਣਾ ਨੂੰ, ਇਹਨਾਂ ਬਿਆਨਾਂ ਨੂੰ ਕਿੱਦਾਂ ਦੇਖ ਰਹੇ ਹੋ? ਕਿਉਂਕਿ ਤੁਸੀਂ ਵੀ, ਅਸੀਂ ਵੀ ਲਗਾਤਾਰ 11 ਵਜੇ ਤੋਂ ਉੱਥੇ ਡਟੀਆਂ ਜੇਲ੍ਹ ਦੇ ਬਾਹਰ, ਅਤੇ ਤਕਰੀਬਨ ਹੁਣ ਸ਼ਾਮ ਦਾ ਸਮਾਂ ਹੋ ਗਿਆ ਰਿਲੀਜ਼ ਕਰਦੇ ਨਹੀਂ। ਦੇਖੋ ਚਲੋ ਦੇਰ ਆਏ ਦਰੁਸਤ ਆਏ, ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਜਿਵੇਂ ਵਕੀਲ ਸਾਹਿਬ ਨੇ ਕਿਹਾ। ਜਿਹੜੇ ਵਾਈ ਪੀ ਐਸ ਵਰਮਾ ਨੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਲੀਗਲ ਤੌਰ ਦੇ ਉੱਤੇ ਉਹਨਾਂ ਨੂੰ ਵਿਚਾਰਨਗੇ।